ਫਤਿਹਗੜ੍ਹ ਸਾਹਿਬ ਦੇ ਨੇੜਲੇ ਪਿੰਡ ਭੋਲਾ ਵਿਖੇ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਵੱਲੋਂ ਸਰਪੰਚ ਨਿਰਮਲ ਸਿੰਘ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਨੂੰ ਪਾਣੀ ਦੀ ਸੰਭਾਲ ਲਈ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਵਿਸ਼ੇਸ਼ ਤੌਰ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਜੇਈ ਰਕੇਸ਼ ਸੇਠ ਅਤੇ ਬੀਆਰਸੀ ਸਿੰਘਾਰਾ ਸਿੰਘ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਬਲਾਕ ਸੰਮਤੀ ਮੈਂਬਰ ਵਰਿਆਮ ਸਿੰਘ, ਸਰਪੰਚ ਨਿਰਮਲ ਸਿੰਘ, ਪੰਚ ਗੁਰਪ੍ਰੀਤ ਸਿੰਘ, ਨਿਰਮਲ ਸਿੰਘ, ਸੁਖਵਿੰਦਰ ਸਿੰਘ, ਭੁਪਿੰਦਰ ਕੌਰ ਨਜਮਾ, ਸਰਬਜੀਤ ਕੌਰ ਆਦਿ ਮੌਜੂਦ ਸਨ। ਇਸ ਟਾਈਮ ਅਸੀਂ ਜੋ ਮੀਟਿੰਗ ਰੱਖੀ ਹੋਈ ਸੀ ਪਿੰਡ ਦੇ ਵਿੱਚ, ਇਹ ਮੀਟਿੰਗ ਸਾਡਾ ਲੋਕਾਂ ਨੂੰ ਪਾਣੀ ਬਾਰੇ ਜਾਗਰੂਕ ਕਰਨਾ ਸੀਗਾ, ਕਿਉਂਕਿ ਸਾਡੇ ਜੋ ਪਾਣੀ ਦਾ ਪੱਧਰ ਹੈ ਹੇਠ ਲੇਵਲ ਦਾ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ, ਅਤੇ ਸਾਨੂੰ ਜੋ ਪੰਜਾਬ ਸਰਕਾਰ ਵੱਲੋਂ ਵਾਟਰ ਸਪਲਾਈ ਵਾਲੇ ਸਾਡੇ ਆਏ ਸੀ, ਇਹਨਾਂ ਨੇ ਕੀ ਮੁਹਿੰਮ ਸ਼ੁਰੂ ਕੀਤੀ ਹੈ ਘਰ ਘਰ ਟੂਟੀਆਂ ਲਾ ਕੇ ਪਾਣੀ ਨੂੰ ਘਰ ਘਰ ਪਹੁੰਚਾਉਣ ਵਾਸਤੇ, ਅਤੇ ਸਾਡੀਆਂ ਜੋ ਟੈਂਕੀ ਦੀ ਸਮੱਸਿਆ ਸੀਗੀ ਉਹਦਾ ਹੱਲ ਕਰਨ ਦਾ ਭਰੋਸਾ ਦਵਾਇਆ, ਕਿਉਂਕਿ ਪਾਣੀ ਦੀ ਟੈਂਕੀ ਦਾ ਪਾਣੀ ਸਾਡੇ ਪ੍ਰੋਪਰ ਨਹੀਂ ਸੀ ਚੜ੍ਹਦਾ ਹੈਗਾ, ਉਹਦੇ ਕਰਕੇ ਉਹ ਪਾਣੀ ਵੀ ਹੁਣ ਪ੍ਰੋਪਰ ਚੜ੍ਹਨ ਲੱਗ ਪਏਗਾ। ਅਤੇ ਅਸੀਂ ਲੋਕਾਂ ਨੂੰ ਇਹ ਵੀ ਜਾਗਰੂਕ ਕੀਤਾ ਵੀ ਜਿਹੜਾ ਪਾਣੀ ਵੇਸਟੇਜ ਜਾ ਰਿਹਾ, ਗਲੀਆਂ ਨਾਲੀਆਂ ਦੇ ਵਿੱਚ ਵੇਸਟੇਜ ਆ ਰਿਹਾ, ਵੀ ਇਹਨਾਂ ਨੂੰ ਕਿਵੇਂ ਰੋਕਣਾ ਚਾਹੀਦਾ। ਲੋਕ ਜਿਵੇਂ ਟੈਂਕੀਆਂ ਦਾ ਪਾਣੀ ਹੈ, ਟੈਂਕੀ ਭਰ ਜਾਂਦੀ ਹੈ, ਮੋਟਰ ਬੰਦ ਨਹੀਂ ਕਰਦੇ, ਇਹਨਾਂ ਦਾ ਕੀ ਨੁਕਸਾਨ ਨੇ, ਅਸੀਂ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਜ਼ਿਆਦਾ ਖਤਰਨਾਕ ਹੈ। ਅਤੇ ਦੂਜਾ, ਸਾਡੇ ਅਸੀਂ ਕੱਚੇ ਮਕਾਨਾਂ ਦੇ ਲਗਭਗ 60-70 ਅਸੀਂ ਫਾਰਮ ਭਰ ਚੁੱਕੇ ਹਾਂ, ਕੱਚੇ ਮਕਾਨਾਂ ਦਾ ਪੈਸਾ ਵੀ ਸਾਡੇ ਨਾਗਰਾ ਸਾਹਿਬ ਵੱਲੋਂ ਇਹ ਕਿਹਾ ਗਿਆ ਵੀ ਅਸੀਂ ਵੱਧ ਤੋਂ ਵੱਧ ਲੋਕਾਂ ਦੇ ਜਿੰਨਾ ਵੀ ਹੋ ਸਕਦਾ ਲੋੜਵੰਦ ਬੰਦਿਆਂ ਨੂੰ ਅਸੀਂ ਇਹ ਵੀ ਦੇਵਾਂਗੇ। ਅਤੇ ਦੂਸਰਾ, ਅਸੀਂ ਇਸ ਦੇ ਵਿੱਚ ਇੱਕ ਮੀਟਿੰਗ ਹੋਰ ਕੀਤੀ ਹੈ ਪਲਾਸਟਿਕ ਬਾਰੇ, ਲੋਕਾਂ ਨੂੰ ਪਲਾਸਟਿਕ ਬਾਰੇ ਵੀ ਜਾਗਰੂਕ ਕੀਤਾ ਵੀ ਜਿਹੜਾ ਪਲਾਸਟਿਕ ਹੈ ਸਾਨੂੰ ਕਿਵੇਂ ਸਾਂਭਣਾ ਚਾਹੀਦਾ, ਕੂੜਾ ਕਰਕਟ ਕਿਵੇਂ ਸਾਂਭਣਾ ਚਾਹੀਦਾ, ਇਹਦੇ ਬਾਰੇ ਵੀ ਅਸੀਂ ਲੋਕਾਂ ਨੂੰ ਦੱਸ ਚੁੱਕੇ। ਅੱਜ ਅਸੀਂ ਪਿੰਡ ਭੋਲਾ ਵਿੱਚ ਮਹਿਕਮਾ ਜਲ ਸਪਲਾਈ ਸੈਨੀਟੇਸ਼ਨ ਵੱਲੋਂ ਇੱਕ ਜਾਗਰੂਕਤਾ ਜਿਹੜੀ ਹੈਗਾ ਸੈਮੀਨਾਰ ਕਰਨ ਆਏ ਹਾਂ। ਇਸ 'ਚ ਇਹ ਹੈਗਾ ਕਿ ਅਸੀਂ ਪਿੰਡ ਵਿੱਚ ਜਿਹੜੀ ਹੈਗੀ ਹੈ ਜੋ ਵਾਟਰ ਸਪਲਾਈ ਸਕੀਮ ਪੰਚਾਇਤ ਵੱਲੋਂ ਚਲਾਈ ਜਾ ਰਹੀ ਹੈ, ਉਸ ਨੂੰ ਉਹਦੇ 'ਚ ਕੀ ਇੰਪਰੂਵਮੈਂਟਸ ਕੀਤੀਆਂ ਜਾ ਸਕਦੀਆਂ, ਉਸ 'ਚ ਕੀ ਕਮੀਆਂ ਹਨ ਜਿਨ੍ਹਾਂ ਨੂੰ ਮਹਿਕਮਾ ਜਿਹੜਾ ਹੈਗਾ ਉਹ ਠੀਕ ਕਰਕੇ ਪਿੰਡ ਵਾਸੀਆਂ ਨੂੰ ਵਧੀਆ ਅਤੇ ਸਾਫ਼ ਪਾਣੀ ਸਪਲਾਈ ਕਰ ਸਕੇ, ਉਸ ਬਾਰੇ ਜਿਹੜਾ ਹੈਗਾ ਅਸੀਂ ਪਿੰਡ ਵਾਲਿਆਂ ਨਾਲ ਇਜਲਾਸ ਕਰਕੇ ਇੱਕ ਉਹਨਾਂ ਤੋਂ ਮਤਲਬ ਉਹਨਾਂ ਤੋਂ ਪੁੱਛਣ ਆਏ ਸੀ। ਅਤੇ ਦੂਜਾ, ਅਸੀਂ ਪਿੰਡ ਵਿੱਚ ਜਿਹੜਾ ਲੋਕਾਂ ਨੂੰ ਇਹ ਜਾਗਰੂਕ ਕਰਨ ਆਏ ਸੀ ਕਿ ਜਿਹੜਾ ਪਿੰਡ ਵਿੱਚ ਪਾਣੀ ਜਿਹੜਾ ਲੋਕਾਂ ਵੱਲੋਂ ਆਪਣੇ ਟੁੱਲੂ ਨਾ ਆਪਣਾ ਸਮਰਸੀਬਲ ਪੰਪ ਲਾ ਕੇ ਵਰਤਿਆ ਜਾ ਰਿਹਾ ਹੈ ਉਹਦੇ ਵਿੱਚ ਕੀ ਖਾਮੀਆਂ ਹਨ, ਅਤੇ ਵਾਟਰ ਸਪਲਾਈ ਉਹਨਾਂ ਨੂੰ ਕਿਉਂ ਲੈਣੀ ਚਾਹੀਦੀ ਹੈ ਜਿਹੜੀ ਮਹਿਕਮੇ ਦੀ ਵਾਟਰ ਸਪਲਾਈ ਹੈਗੀ ਹੈ। ਇੱਥੇ ਅਸੀਂ ਗੁਰਦੁਆਰਾ ਸਾਹਿਬ 'ਚ ਵੀ ਜਿਹੜਾ ਹੈਗਾ ਪਿੰਡ ਦੇ ਸਮਰਸੀਬਲ ਦਾ ਪਾਣੀ ਚੈੱਕ ਕੀਤਾ ਹੈਗਾ, ਉਹ ਪਾਣੀ ਜਿਹੜਾ ਹੈਗਾ ਉਹਦੇ 'ਚ ਜਿਹੜਾ ਹੈਗਾ ਪੀਐਚ ਹਾਰਡਨੈਸ ਜਿਹੜੀ ਹੈਗੀ ਹੈ ਉਹ ਜ਼ਿਆਦਾ ਹੈਗੀ ਹੈ। ਤਾਂ ਇਸ ਕਰਕੇ ਜਿਹੜਾ ਹੈਗਾ ਲੋਕਾਂ ਨੂੰ ਨਾਲ ਇੱਕ ਇਹ ਵੀ ਸਮਝਾਇਆ ਗਿਆ ਕਿ ਜਿਹੜਾ ਉਹ ਪਾਣੀ ਵਾਟਰ ਸਪਲਾਈ ਦਾ ਵਰਤਦੇ ਹਨ ਉਹਨਾਂ ਨੂੰ ਵੇਸਟੇਜ ਨਾ ਕੀਤੀ ਜਾਵੇ, ਤਾਂ ਕਿਉਂਕਿ ਜਿਹੜਾ ਆਉਣ ਵਾਲੀਆਂ ਨਹੀਂ ਤਾਂ ਜੋ ਪਾਣੀ ਆਉਣ ਵਾਲੀਆਂ ਨਸਲਾਂ ਨੂੰ ਜਿਹੜਾ ਹੈਗਾ ਸਾਡੇ ਪਾਣੀ ਨਹੀਂ ਮਿਲੇਗਾ। ਅਤੇ ਇਸ ਸੰਬੰਧ ਵਿੱਚ ਮਹਿਕਮਾ ਆਉਣ ਵਾਲੇ ਸਮੇਂ ਪਾਣੀ ਜਿਹੜਾ ਇੱਥੇ ਪੋਲੇ ਪਿੰਡ ਦਾ ਪਾਣੀ ਹੈ ਕੀ ਉਹਦੇ 'ਚ ਕੀ ਕਮੀ ਕਿੰਨਾ ਖਰਾਬ ਸੀ, ਕੀ ਪਾਇਆ ਗਿਆ ਉਹਦੇ 'ਚ? ਉਹਦੇ ਵਿੱਚ ਜਿਹੜਾ ਹੈਗਾ ਜੀ, ਇੱਕ ਤਾਂ ਜਿਹੜੀ ਹੈਗੀ ਆ ਪੀਐਚ ਜ਼ਿਆਦਾ ਹੈਗੀ ਹੈ, ਹਾਰਡਨੈਸ ਜ਼ਿਆਦਾ ਹੈਗੀ ਹੈ, ਕਲੋਰਾਈਡ ਜ਼ਿਆਦਾ ਹੈਗਾ, ਅਤੇ ਅਸੀਂ ਹੋਰ ਟੈਸਟ ਅਸੀਂ ਕਰ ਰਹੇ ਹਾਂ। ਇਹਨਾਂ ਨਾਲ ਕੀ ਪ੍ਰੋਬਲਮ ਆ? ਪਾਣੀ ਦੇ ਹਰ ਜਿਹੜੇ ਉਹ ਹੈਗਾ ਕਿ ਜੇ ਦੇਖੋ ਜੇ ਫਲੋਰਾਈਡ ਜ਼ਿਆਦਾ ਹੈਗਾ ਤਾਂ ਇੱਕ ਫਲੋਰਾਈਡ ਆਪਾਂ ਨੂੰ ਬਾਡੀ ਵਾਸਤੇ ਜ਼ਰੂਰਤ ਹੈਗੀ ਹੈ, ਬਟ ਇੱਕ ਇਹ ਵੀ ਹੁੰਦਾ ਕਿ ਜੇ ਫਲੋਰਾਈਡ ਜ਼ਿਆਦਾ ਹੋ ਜਾਵੇ ਉਹਦੇ ਨਾਲ ਤੁਹਾਨੂੰ ਹੱਡੀਆਂ ਦੀਆਂ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ, ਪੇਟ ਦੀ ਬਿਮਾਰੀ ਸ਼ੁਰੂ ਹੋ ਜਾਂਦੀ ਹੈ, ਇਹਦੇ ਨਾਲ ਹੀ ਕੈਲਸ਼ੀਅਮ, ਇਸ ਤਰ੍ਹਾਂ ਕੈਲਸ਼ੀਅਮ ਵੀ ਜਿਹੜਾ ਹੈਗਾ ਕੈਲਸ਼ੀਅਮ ਬਾਡੀ ਵਾਸਤੇ ਰਿਕੁਆਇਰ ਹੈਗਾ, ਬਟ ਜੇ ਉਹ ਵੀ ਜ਼ਿਆਦਾ ਮਾਤਰਾ 'ਚ ਹੋਵੇ ਉਹੀ ਜਿਹੜਾ ਹੈਗਾ ਸਾਡੇ ਹੱਡੀਆਂ ਨੂੰ ਫਿਰ ਉਹ ਖੋਰਨ ਲੱਗ ਜਾਂਦੇ ਹੈਗੇ। ਇਸ ਮੌਕੇ ਤੇ ਸਰਪੰਚ ਨਿਰਮਲ ਸਿੰਘ ਅਤੇ ਜੇਈ ਰਕੇਸ਼ ਸੇਠ ਨੇ ਕਿਹਾ ਕਿ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਹਨਾਂ ਨੇ ਇਸ ਮੌਕੇ ਤੇ ਕਿਹਾ ਕਿ ਖਰਾਬ ਪਾਣੀ ਅਨੇਕ ਬਿਮਾਰੀਆਂ ਦਾ ਕਾਰਨ ਬਣਦਾ ਹੈ, ਜਿਸ ਕਰਕੇ ਸਾਨੂੰ ਪਾਣੀ ਦੀ ਦੇਖ ਰੇਖ ਕਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਪਾਣੀ ਦੇ ਬਚਾਅ ਲਈ ਹਰ ਇੱਕ ਵਿਅਕਤੀ ਨੂੰ ਅੱਗੇ ਆਉਣ ਦੀ ਲੋੜ ਹੈ। ਰਜਿੰਦਰ ਭੱਟ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।